ਦੇ ਇਤਿਹਾਸ ਵਿੱਚ ਬੜਾ ਪ੍ਰਮੁੱਖ ਤੇ ਉੱਕਾ ਪਾਤਰ, ਸਮਾਜ ਦਾ ਮਹਾਨ ਅੰਗ, ਰਿਸ਼ਤਿਆਂ ਦੀ ਖਾਣ, ਜੱਗ ਦੀ ਸਿਰਜਣਹਾਰੀ ਨੂੰ ਰੱਬ ਨੇ ਧੀ ਦਾ ਰੁਤਬਾ ਬਖਸ਼ਿਆ। ਇਸ ਧੀ ਨੇ ਜਦੋਂ ਵੀ ਰੱਬ ਕੋਲੋਂ ਕੁਝ ਮੰਗਿਆ, ਉਹ ਦੁਨੀਆਂ ਦਾ ਭਲਾ ਮੰਗਿਆ, ਪਰ ਦੁਨੀਆਂ ਨੇ ਇਹਦੇ ਹੱਕ ਤੇ ਟਾਕਾ ਮਾਰਨ ਦੀ ਕੋਈ ਕਸਰ ਨਹੀਂ ਛੱਡੀ। ਇੱਕ ਸ਼ਾਇਰ ਕਹਿੰਦਾ, ਉਹ ਜੱਗ ਦੇ ਲੋਕੋ, ਹੱਕ ਤੀਆਂ ਦਾ ਇਹਨਾਂ ਕੋਲੋਂ ਖੋਂਦੇ ਕਿਉਂ? ਜੱਗ ਦੀ ਸਿਰਜਣਹਾਰੀ ਨੂੰ ਅੱਜ ਦੁਨੀਆਂ ਵਿੱਚੋਂ ਗਵਾਉਂਦੇ ਕਿਉਂ? ਪੁੱਤਰਾਂ ਦਾ ਮੁੱਖ ਵੇਖਣ ਦੇ ਲਈ ਧੀਆਂ ਦਾ ਸਤਿਕਾਰ ਕਰੋ। ਧੀਆਂ ਕਰਮਾਂ ਮਾਰੀਆਂ ਨੂੰ ਵੀ ਪੁੱਤਰਾਂ ਵਾਂਗੂ ਪਿਆਰ ਕਰੋ। ਉਹ ਰੋ ਰੋ ਕੇ ਅੱਜ ਕਹਿਣਾ ਪੈਂਦਾ, ਵੀਰੋ ਕੈਰ ਗਜਾਰੋ ਨਾ, ਹੱਥ ਜੋੜ ਕੇ ਸ਼ਾਨ ਆਖਦਾ, ਧੀਆਂ ਕੁੱਖ ਵਿੱਚ ਮਾਰੋ ਨਾ, ਓਏ ਧੀਆਂ ਕੁੱਖ ਵਿੱਚ ਮਾਰੋ ਨਾ। ਤੈਨੂੰ ਬਿਸਰੀ ਅਤੇ ਬਿਸਾਰੀ।